ਮੋਟਰ ਤੇ ਥਾਣਾ ਹੋ ਗਿਆ ਇਹ ਕਿਵੇਂ ਹੈ ਜੀ? ਦੇਖੋ CLU ਪਤਾ ਕੀ ਹੁੰਦਾ? ਮੈਨੂੰ ਜਾਣਕਾਰੀ ਨਹੀਂ ਹੈ। ਤੁਹਾਨੂੰ ਪਤਾ CLU ਕਿਆ ਹੁੰਦਾ? ਤੁਹਾਨੂੰ ਪਤਾ ਜੀ? ਨਹੀਂ CLU ਦਾ ਇਹਨਾਂ ਨੂੰ ਪਤਾ ਨਹੀਂ ਹੈ। ਰਾਜੇ ਖੇਤਾਂ ਦੇ ਆ ਪਰ ਘੁੰਮਦੇ ਮੋਟਰਸਾਈਕਲ ਤੇ ਸਕੂਟਰਾਂ ਤੇ ਹੀ ਆ। ਔਰ ਜਿਹਨੂੰ CLU ਦਾ ਪਤਾ ਹੈ ਔਰ ਜਿਹਦੇ ਕੋਲ ਪੂਰਾ ਗੱਡਮਾ ਪੈਸਾ, ਉਹ 4-4 crore ਦੀਆਂ ਗੱਡੀਆਂ 'ਚ ਘੁੰਮਦੇ ਆ, ਇਹ ਰਾਜਿਆਂ ਦੀਆਂ ਜ਼ਮੀਨਾਂ ਨੂੰ ਦਿਖਾ ਕੇ। ਪੈਸੇ ਦੇ ਜ਼ੋਰ ਨਾਲ ਹੋ ਗਿਆ ਜੀ ਬਸ, ਹੋਰ ਸਾਡੇ ਤਾਂ ਸਾਨੂੰ ਤਾਂ ਪਤਾ ਹੀ ਬਾਅਦ 'ਚ ਲੱਗਿਆ ਜੀ। ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਆ, ਆਮ ਖੇਤੀ ਕਰਨ ਵਾਲੇ ਆਦਮੀ ਆ, ਸਾਨੂੰ ਤਾਂ 2019 'ਚ ਪਤਾ ਲੱਗਿਆ ਜੀ ਇਹ ਕੰਮ। ਇਹਨਾਂ ਦੀ ਮੋਟਰ ਤੇ ਪੁਲਿਸ ਸਟੇਸ਼ਨ ਆ, ਪੁਲਿਸ ਸਟੇਸ਼ਨ ਬਣਾ ਦਿੱਤਾ। 2014-2016 'ਚ CLU ਪਾਸ ਕਰਾਈ ਹੈ ਜੀ। ਉਹ ਤੋਂ ਬਾਅਦ 'ਚ 2019 'ਚ ਜਦੋਂ ਨਕਸ਼ੇ ਲੈ ਕੇ ਸਾਡੇ ਖੇਤ 'ਚ ਲੋਕ ਆ ਗਏ ਕਿ ਤੁਸੀਂ ਕਦੋਂ ਖਾਲੀ ਕਰਨਾ ਖੇਤ, ਤਾਂ ਉਦੋਂ ਸਾਨੂੰ ਸਮਝ ਲੱਗੀ ਹੈ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਾਹਤੋਂ, ਕਹਿੰਦੇ ਤੁਹਾਡੇ ਜ਼ਮੀਨ 'ਚ ਸਾਡਾ ਪਲਾਟ ਲਏ ਵੇ, ਸਾਨੂੰ ਛੱਡੋ ਤੁਸੀਂ ਖਾਲੀ ਕਰਨਾ। ਮੈਂ ਕਿਹਾ ਜੀ ਅਸੀਂ ਜ਼ਮੀਨ ਵੇਚੀ ਹੋ ਨਹੀਂ। ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਜੀ ਨਕਸ਼ਾ ਪਾਸ ਹੋਇਆ ਵਾ, ਇਹਦੇ 'ਚ ਸਾਡਾ ਕੋਈ ਦੋਸਤ ਨਹੀਂ, ਅਸੀਂ ਪੈਸੇ ਦੇ ਮੈਂ ਸਨਟੈਕਸ ਜੀ। ਜੀ ਜ਼ਮੀਨ ਘੱਟੋ ਘੱਟ 100 ਕਿੱਲਾ ਹੋਊਗੀ ਤਦੇ ਉਹਦਾ CLU ਹੋਊਗਾ, ਫਿਰ ਉਸ ਤੋਂ ਬਾਅਦ ਲਾਇਸੈਂਸ ਮਿਲਦਾ, ਰੇਰਾ ਨੰਬਰ ਮਿਲਦਾ, ਲੇਆਊਟ ਪਲਾਨ ਹੁੰਦਾ, ਚੇਂਜ ਆਫ ਲੈਂਡ ਇਹ ਹੁੰਦਾ। ਮਰਡਰ ਕਰਕੇ ਉਹਦੀ ਲਾਸ਼ ਬਰਾਮਦ ਨਾ ਹੋਵੇ, ਉਹ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ। ਅਸਲ ਕਾਗਜ਼ ਤਾਂ ਇਸ ਕਰਕੇ ਛੁਪਾ ਲਏ ਇਹਨਾਂ ਨੇ, ਜਾਲੀ ਕੰਸੈਂਟ ਲੈਟਰਾਂ ਅਤੇ CLU ਵੀ ਦੇ ਤਾ, ਗਮਾਡਾ ਪੁੱਡਾ ਰੇਰਾ ਨੇ ਨੰਬਰ ਤੱਕ ਲੇਆਊਟ ਪਲਾਨ, ਮਾਲਕਾਂ ਨੂੰ ਕੁਛ ਪਤਾ ਨਹੀਂ ਹੈ। ਇਹਨਾਂ ਦੀ ਜਗ੍ਹਾ 'ਚ ਜਿਹੜਾ ਕਿ 35 ਮਸਤੀਲ ਦਾ 12 ਨੰਬਰ ਹੈ, ਉਹਦੇ ਵਿੱਚ ਪਲੋਟ ਨੰਬਰ 459 459 ਕੱਟਤਾ, ਕੱਟਿਆ ਹੀ ਨਹੀਂ, ਉਹ ਕੰਜ਼ਿਊਮਰ ਕੋਰਟ ਦੇ ਵਿੱਚ ਗਿਆ ਬੰਦਾ, ਕੰਜ਼ਿਊਮਰ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਇਹਨਾਂ ਦੀ ਜ਼ਮੀਨ ਜਿੱਥੇ ਇਹ ਖੇਤੀ ਕਰਦੇ ਆ ਉਹ ਬੰਦੇ ਨੂੰ 459 ਨੰਬਰ ਦੇ ਤਾ। 3 ਤਰ੍ਹਾਂ ਦਾ ਧੋਖਾ ਹੋ ਗਿਆ ਇਹਨਾਂ ਨਾਲ, ਧੋਖਾ ਹੋ ਗਿਆ ਜਿਹੜੇ ਨੂੰ ਵੇਚਿਆ ਉਹਦੇ ਨਾਲ, ਧੋਖਾ ਹੋ ਗਿਆ ਜਿਹੜੀ ਕੋਰਟ ਦੇ ਵਿੱਚ ਐਫੀਡੈਵਿਟ ਦਿੱਤਾ ਉਹ 'ਚ ਧੋਖਾ ਹੋ ਗਿਆ। ਪਿੰਡ ਵਾਸੀਆਂ ਹੁਣ ਇਹ ਤਾਂ ਤੁਸੀਂ ਆ ਜਾਂ ਵਕੀਲ ਸਾਹਿਬ 2-4 ਜਿਹੜੇ ਅੱਗੇ ਖੜ ਗਏ, ਨਹੀਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਘਰਾਂ 'ਤੇ ਨਹੀਂ ਪਤਾ ਜੀ, ਇੱਥੇ ਕਿਸੇ ਲੋਕਾਂ ਨੂੰ ਨਹੀਂ ਪਤਾ, ਸਾਨੂੰ ਵੀ ਜਦੋਂ ਪਤਾ ਲੱਗਿਆ ਜਦੋਂ ਸਾਡੇ ਖੇਤਾਂ 'ਚ ਪਲਾਟ ਲੈਣ ਆ ਗਏ। ਦੇਖੋ ਤੁਸੀਂ ਕਿਹਾ ਪਲਾਟ ਅਪਰੂਵ ਕਰਕੇ ਕਿਸੇ ਤੋਂ ਪੈਸੇ ਖਾ ਗਏ, ਇਹਨਾਂ ਨੂੰ ਕੀ ਨੁਕਸਾਨ ਹੈ? ਮੈਂ ਇਹ ਪੁੱਛਣਾ ਚਾਹੁੰਦਾ। ਇਹਨਾਂ ਨੂੰ ਨੁਕਸਾਨ ਇਹਨਾਂ ਦਾ, ਇਹਨਾਂ ਨੇ ਕੱਲ੍ਹ ਨੂੰ ਚੱਲ ਕੇ ਆਪਣੀ ਪ੍ਰੋਪਰਟੀ ਆ ਮੇਰੀ, ਇਹਨਾਂ ਦੀ ਪ੍ਰੋਪਰਟੀ ਹੈ, ਕੱਲ੍ਹ ਨੂੰ ਸਪੋਜ਼ ਇਹਨਾਂ ਨੇ ਆਪਣਾ ਹੀ ਘਰ ਬਣਾਉਣਾ, ਉੱਥੇ ਤਾਂ ਥਾਣਾ ਸਾਰੀ ਉਮਰ ਲਈ ਪੱਕਾ ਲੱਗਿਆ ਹੋਇਆ, ਤਾਂ ਆਪਣੀ ਪ੍ਰੋਪਰਟੀ 'ਤੇ ਨਹੀਂ ਕੁਛ ਕਰ ਸਕਦੇ, ਕਿਉਂਕਿ ਕਾਗਜ਼ਾਂ ਦੇ ਵਿੱਚ ਤਾਂ ਉੱਥੇ ਸੜਕ ਨਿਕਲ ਗਈ, ਉੱਥੇ ਪਾਰਕ ਨਿਕਲ ਗਈ, ਉੱਥੇ ਪਲੋਟ ਨਿਕਲ ਗਏ, ਇਹਨਾਂ ਨੇ ਆਪਣਾ ਘਰ ਬਣਾਉਣ ਵਾਸਤੇ ਨਕਸ਼ਾ ਪਾਸ ਕਰਾ, ਹੋ ਹੀ ਨਹੀਂ ਸਕਦਾ। ਕੋਰਟ ਦੇ ਫੈਸਲੇ ਤੋਂ ਬਾਅਦ ਆਸ ਦੀ ਕਿਰਨ ਜਾਗੀ ਹੈ? ਹਾਂਜੀ ਬਿਲਕੁਲ, ਆਸ ਜਾਗੀ ਹੈ ਜੀ। ਹੁਣ ਲੱਗਦਾ ਸਾਨੂੰ 5 ਸਾਲ ਹੋ ਗਏ ਜੀ ਧੱਕੇ ਖਾਂਦਿਆਂ ਨੂੰ, ਕਦੇ ਪੁਲਿਸ ਕਿਤੇ ਕਿਤੇ, ਲੇਕਿਨ ਹੁਣ ਕੋਰਟ ਦੇ ਫੈਸਲੇ ਤੋਂ ਅਸੀਂ ਖੁਸ਼ ਹਾਂ ਕਿ ਉਮੀਦ ਜਾਗੀ ਹੈ ਕਿ ਹੁਣ ਸਾਡੇ ਜਿਹੜੀ ਅਸੀਂ 5 ਸਾਲ 'ਚ ਮਿਹਨਤ ਕੀਤੀ ਹੈ ਉਹ ਸਾਡੀ ਬੂਰ ਲਿਆ ਰਹੀ ਹੈ। ਪੂਰੇ ਇੰਸੀਡੈਂਟਸ 'ਤੇ ਨੌਜਵਾਨ ਹੋ, ਕਿਉਂਕਿ ਆਉਣ ਵਾਲੀ ਪੀੜ੍ਹੀ ਤੁਸੀਂ ਆ, ਦੇਖੋ ਬਜ਼ੁਰਗਾਂ ਨੇ, ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਆ ਜਾਓ। ਸਰ ਇਹ ਤਾਂ ਸਾਡੇ ਨਾਲ ਜ਼ਿਆਦਾ ਧੱਕੇਬਾਜ਼ੀ ਕਰੀ ਇਹਨਾਂ ਨੇ, ਸਾਨੂੰ ਕੁਛ ਨਹੀਂ ਤਾਂ ਪਤਾ ਵੀ ਹਾਂ ਕਿਆ ਹੈ, ਸਾਨੂੰ ਹੌਲੀ ਹੌਲੀ ਪਤਾ ਲੱਗਿਆ ਅਸੀਂ ਤਾਂ ਵੈਸੇ ਰੇੜੇ ਲੈ ਕੇ ਆਪਣੇ, ਕੋਈ ਪੜਸੀਨ ਕੱਢਣ ਆ ਰਿਹਾ, ਕੋਈ ਆਪਣੇ ਕੰਮਦਾਰ ਟਰੈਕਟਰ ਚਲਾ ਰਹੇ, ਸਾਨੂੰ ਇਹਦੇ ਬਾਰੇ ਕੁਛ ਨੌਲੇਜ ਨਹੀਂ ਸੀ। ਇਹ ਤਾਂ ਹੌਲੀ ਹੌਲੀ ਜਦੋਂ ਪਲਾਟ ਲੈਣੇ ਵਾਲੇ ਜਿਹਨਾਂ ਨੇ ਲਿੱਤੇ ਹੋਏ ਸੀ ਉਹ ਆਪਣੇ ਮੈਪ ਲੈ ਕੇ ਸਾਡੇ ਖੇਤਾਂ 'ਚ ਆਉਣ ਲੱਗੇ, ਤੁਹਾਨੂੰ ਪੁੱਛਣ ਲੱਗੇ ਕਿ ਹਾਂ ਤੁਸੀਂ ਕਰ ਵਿਹਲੀ ਕਰ ਰਹੇ ਹਾਂ ਇਹਨੂੰ, ਅਸੀਂ ਕਿਹਾ ਵੀ ਵਿਹਲੀ ਕਰਨੀ, ਜ਼ਮੀਨ ਤਾਂ ਸਾਡੀ ਹੈ। 10 ਤਰੀਕ ਨੂੰ ਮਾਨਯੋਗ ਜੱਜ ਸਾਹਿਬ ਨੇ ਲਾਇਸੈਂਸ ਰੱਦ ਕਰਤਾ ਗਵੰਡਾ ਵਾਲਾ, ਲੇਕਿਨ ਫਿਰ ਵੀ ਦੇਖੋ ਵਰਕਰ ਚੱਲ ਰਿਹਾ, ਫਿਰ ਵੀ ਕੰਮ ਕਰ ਰਹੇ। ਦੇਖੋ ਇੰਨੇ ਬੇਧੜਕ ਬਿਲਡਰ ਨੇ ਜਿਹੜੇ ਕਿ ਲਾਇਸੈਂਸ ਰੱਦ ਹੋਣ ਦੇ ਬਾਵਜੂਦ ਵੀ ਆਪਣੀ ਬਿਲਡਿੰਗ ਛੱਤ ਰਹੇ, ਔਰ ਲੇਬਰ ਲੱਗੀ ਦੇਖੋ ਸਾਹਮਣੇ।
ਦਫ਼ਤਰ ਖੁੱਲ੍ਹਾ ਜੀ, ਦੇਖੋ ਸਾਹਮਣੇ ਗੱਡੀਆਂ ਦਿਖ ਰਹੀਆਂ, ਦਫ਼ਤਰ ਖੁੱਲ੍ਹਾ ਇਹਨਾਂ ਦਾ। ਲੇਕਿਨ ਇਹਨਾਂ ਨੂੰ ਲਾਇਸੈਂਸ ਕੈਂਸਲ ਹੋਣ ਦਾ ਕੋਈ ਪਰਵਾਹ ਨਹੀਂ, ਕਿ ਸਾਡਾ ਲਾਇਸੈਂਸ ਹੋਇਆ ਕਿ ਅਸੀਂ ਤਾਂ ਬਿਲਡਿੰਗਾਂ ਛੱਤ ਜਾਣੀ ਹੈ ਜੀ, ਲਾਇਸੈਂਸ ਰੱਦ ਹੋਵੇ ਜਾਣਾ। ਜ਼ਿਮੀਦਾਰ ਨੂੰ ਬੰਦੇ ਨੂੰ ਬੰਦਾ ਨਾ ਜੀ, ਨਾ ਬਿਲਕੁਲ ਇਨਸਾਨ ਸਮਝਦੇ ਨਹੀਂ ਜੀ। ਅਸੀਂ ਇਹਨਾਂ ਨੂੰ ਪੁੱਛਿਆ ਤੁਸੀਂ ਕਾਹਤੇ ਕਰਿਆ ਸਾਡੇ ਨਾਲ, ਕਹਿੰਦੇ ਅਸੀਂ ਆਪਣੇ ਬੱਚੇ ਪਾਲਣੇ ਸੀ, ਬੱਚਿਆਂ ਵਾਸਤੇ ਕਰਿਆ। ਮੈਂ ਕਿਹਾ ਜੀ ਸਾਡੇ ਬੱਚਿਆਂ ਨੂੰ ਜ਼ਹਿਰ ਦੇ ਦਿਓ ਫਿਰ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਗਗਨ ਸ਼ੁਕਲਾ। ਮੋਟਰਾਂ 'ਤੇ ਮਿੱਤਰਾਂ ਦੀ ਢਾਣੀ ਤਾਂ ਬਹੁਤ ਵਾਰ ਸੁਣੀ ਹੈ, ਮੋਟਰਾਂ 'ਤੇ ਪੰਜਾਬੀ ਗਾਣੇ ਬਹੁਤ ਵਾਰ ਸੁਣੇ ਨੇ, ਮੋਟਰਾਂ 'ਤੇ ਮਹਿਫਲਾਂ ਲੱਗਦੀਆਂ ਬਹੁਤ ਵਾਰ ਸੁਣੀਆਂ ਨੇ, ਮੋਟਰ 'ਤੇ ਥਾਣਾ ਹੋਊਗਾ ਇਹ ਪਹਿਲੀ ਵਾਰੀ ਸੁਣਿਆ। ਇਹ ਮੈਂ ਕਿਉਂ ਕਹਿ ਰਿਹਾ, ਇਹ ਤੁਹਾਨੂੰ ਅੱਜ ਵਿਸਤਾਰਪੂਰਵਕ ਸਮਝਾਵਾਂਗੇ। ਪੈਸੇ ਦੀ ਪਾਵਰ ਨਾਲ ਧੱਕਾ ਹੁੰਦਾ ਤਾਂ ਦੇਖਿਆ, ਧੱਕਾ ਇਸ ਕਦਰ ਹੋ ਜਾਵੇ ਕਿ ਤੁਹਾਡੇ ਗੱਲਾਂ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਇਸ ਵੇਲੇ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ, ਉਹਨਾਂ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ, ਵੱਡੇ ਵਕੀਲ ਨੇ ਸੁਪਰੀਮ ਕੋਰਟ ਦੇ, ਉਹ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਸ਼ੁਰੂ ਪਿੰਡ ਵਾਲਿਆਂ ਤੋਂ ਕਰਦੇ ਹਾਂ। ਬਾਬਾ ਜੀ ਮੈਂ ਸਹੀ ਕਿਹਾ, ਮੋਟਰਾਂ 'ਤੇ ਮਿੱਤਰਾਂ ਦੀ ਢਾਣੀ ਹੁੰਦੀ ਹੈ, ਮੋਟਰਾਂ 'ਤੇ ਗਲਾਸੀਆਂ ਖੜਕਦੀਆਂ, ਮੋਟਰ 'ਤੇ ਥਾਣਾ ਹੋ ਗਿਆ, ਇਹ ਕਿਵੇਂ ਹੈ ਜੀ? ਇਹ ਤਾਂ ਹੁਣ ਪੈਸੇ ਦੇ ਜ਼ੋਰ ਨਾਲ ਹੋ ਗਿਆ ਜੀ, ਬਸ ਹੋਰ ਸਾਡੇ ਤਾਂ ਸਾਨੂੰ ਤਾਂ ਪਤਾ ਹੀ ਬਾਅਦ 'ਚ ਲੱਗਿਆ ਜੀ। ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਹਾਂ, ਆਮ ਖੇਤੀ ਕਰਨ ਵਾਲੇ ਆਦਮੀ ਹਾਂ, ਸਾਨੂੰ ਤਾਂ 2019 'ਚ ਪਤਾ ਲੱਗਿਆ ਜੀ ਇਹ ਕੰਮ। ਇਹਨਾਂ ਦੀ ਮੋਟਰ 'ਤੇ ਪੁਲਿਸ ਸਟੇਸ਼ਨ ਬਣਾ ਦਿੱਤਾ। ਲੇਕਿਨ 14 ਵਿਸਤਾਰਪੂਰਵਕ ਛੋਟੇ ਸ਼ਬਦਾਂ ਸਮਝਾਓ ਮੈਨੂੰ। ਮੈਂ ਸਮਝਾਉਣਾ ਜੀ, ਇਹਨਾਂ ਨੇ ਕੀ ਕੀਤਾ, 2014-16 'ਚ CLU ਪਾਸ ਕਰਾਈ ਹੈ ਜੀ। ਉਹ ਤੋਂ ਬਾਅਦ 'ਚ 2019 'ਚ ਜਦੋਂ ਨਕਸ਼ੇ ਲੈ ਕੇ ਸਾਡੇ ਖੇਤ 'ਚ ਲੋਕ ਆ ਗਏ ਕਿ ਤੁਸੀਂ ਕਦੋਂ ਖਾਲੀ ਕਰਨਾ ਖੇਤ, ਤਾਂ ਉਦੋਂ ਸਾਨੂੰ ਸਮਝ ਲੱਗੀ ਹੈ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਾਹਤੋਂ, ਕਹਿੰਦੇ ਤੁਹਾਡੇ ਜ਼ਮੀਨ 'ਚ ਸਾਡਾ ਪਲਾਟ ਲਏ ਹੋਏ ਨੇ, ਸਾਨੂੰ ਛੱਡੋ ਤੁਸੀਂ ਖਾਲੀ ਕਰਨਾ। ਮੈਂ ਕਿਹਾ ਜੀ ਅਸੀਂ ਜ਼ਮੀਨ ਵੇਚੀ ਹੋਣੀ, ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਜੀ ਨਕਸ਼ਾ ਪਾਸ ਹੋਇਆ ਵਾ, ਇਹਦੇ 'ਚ ਸਾਡਾ ਕੋਈ ਦੋਸਤ ਨਹੀਂ, ਅਸੀਂ ਪੈਸੇ ਦੇ ਮੈਂ ਸਨਟੈਕ ਸੀ ਜੀ ਨੂੰ। ਫਿਰ ਅਸੀਂ ਜੀ ਨੱਠ ਭੱਜ ਕਰੀ, ਉਹਨਾਂ ਦੀਆਂ ਜਿਹੜੀਆਂ ਆਪਣੇ ਜਾਲੀ ਆਪਣੇ ਐਗਰੀਮੈਂਟ ਬਣਾਏ ਵੀ ਇਹਨਾਂ ਨੇ, ਸਹਿਮਤੀ ਪੱਤਰ, ਉਹਨਾਂ ਦੀਆਂ ਫੋਟੋ ਕਾਪੀਆਂ ਕਢਾਈਆਂ। ਫਿਰ ਅਸੀਂ ਜੀ 3-3.5 ਸਾਲ ਪੁਲਿਸ ਕੋਲ ਘੁੰਮਦੇ ਰਹੇ, ਲੇਕਿਨ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ ਕਰੀ ਜੀ, ਕਦੇ ਪਰਚਾ ਕਰਤਾ, ਕਦੇ ਰੱਦ ਕਰਤਾ। ਫਿਰ ਉਹ ਤੋਂ ਬਾਅਦ ਜੀ ਅਸੀਂ ਧੰਨਵਾਦ ਹਾਂ ਚਰਨਪਾਲ ਐਡਵੋਕੇਟ ਚਰਨਪਾਲ ਬਾਗੜੀ ਜੀ ਦੇ ਔਰ ਡਾਕਟਰ ਗੁਰਜੀਤ ਕੌਰ ਦੇ ਕਿ ਇਹਨਾਂ ਨੇ ਇਮਾਨਦਾਰੀ ਨਾਲ ਪੈਸਾ ਨਾ ਦੇਖਦੇ ਹੋਏ ਐਨ ਸਾਡਾ ਸਰੀਰ ਤਰੀਕੇ ਨਾਲ ਪੱਖ ਰੱਖਿਆ ਕੋਰਟ 'ਚ। ਅਤੇ ਜਦੋਂ ਇਹਨਾਂ ਨੇ 2022 'ਚ ਪੱਖ ਰੱਖਿਆ ਸਿੰਗਲ ਬੈਚ ਦੇ, ਉਦੋਂ ਜਦੋਂ DGP ਤੋਂ ਰਿਪੋਰਟ ਮੰਗੀ, ਉਹ DGP ਨੂੰ ਰਿਪੋਰਟ ਮੰਗਣ ਨਾਲ ਜਦੋਂ FIR ਹੋ ਗਈ ਜੀ, 19/11/2022 ਨੂੰ FIR ਹੋਈ ਹੈ। ਲੇਕਿਨ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਹੁਣ ਡਬਲ ਬੈਚ ਨੇ ਜਦੋਂ ਖਿੱਚ ਕਰੀ ਹੈ ਜੀ, ਜਦੋਂ ਕੇਸ ਆਇਆ ਸੀ ਸੁਪਰੀਮ ਕੋਰਟ ਜਾਣਾ ਪੈ ਗਿਆ, ਉਹ ਫੈਸਲਾ ਰੱਦ ਕਰਿਆ ਜੀ ਉਹਨਾਂ ਨੇ, ਰੱਦ ਕਰਕੇ ਜਿਹੜਾ ਸਾਡੀ ਆਪਣੀ ਰੱਦ ਕਰਤੀ ਤੀ ਰਿਟ ਇਹਨਾਂ ਨੇ, ਔਰ ਉਲਟਾ ਸਾਨੂੰ 1,00,000 ਜੁਰਮਾਨਾ ਲਾ ਦਿੱਤਾ। ਸਿੰਗਲ ਬੈਚ ਨੇ ਸਾਨੂੰ 1,00,000 ਜੁਰਮਾਨਾ ਲਾ ਦਿੱਤਾ। ਸਾਨੂੰ ਜੀ ਫਿਰ ਸੁਪਰੀਮ ਕੋਰਟ ਜਾਣਾ ਪਿਆ, ਵਕੀਲ ਸਾਹਿਬ ਸੁਪਰੀਮ ਕੋਰਟ ਗਏ, ਉੱਥੋਂ ਜੀ ਉਹਨਾਂ ਨੇ ਉਹ ਫੈਸਲਾ ਰੱਦ ਕਰਾ ਕੇ ਲਿਆਏ ਅਤੇ ਡਬਲ ਬੈਚ ਨੂੰ ਮਨਜ਼ੂਰੀ ਕਰਾ ਕੇ ਲਿਆਏ। ਫਿਰ ਹੁਣ ਡਬਲ ਬੈਚ ਕੋਲ ਚੱਲ ਰਿਹਾ ਜੀ। ਅੱਛਾ, ਮੈਂ ਹੋਰ ਬਜ਼ੁਰਗ ਨੇ, ਬਜ਼ੁਰਗੋ CLU ਪਤਾ ਕੀ ਹੁੰਦਾ? ਤੁਹਾਨੂੰ ਪਤਾ ਨਹੀਂ ਹੈਗਾ? ਮੈਨੂੰ ਜਾਣਕਾਰੀ ਨਹੀਂ ਹੈ। ਤੁਹਾਨੂੰ ਪਤਾ CLU ਕਿਆ ਹੁੰਦਾ? ਤੁਹਾਨੂੰ ਪਤਾ ਜੀ? ਨਹੀਂ। ਇਹੀ ਤਾਂ ਸਭ ਨਾਲੋਂ ਬੜੀ ਗੱਲ ਹੈ, ਹੁਣ ਟੈਕਨੀਕਲ ਚੀਜ਼ ਹੈ। ਬਾਗੜੀ ਸਾਹਿਬ ਮੌਜੂਦ ਨੇ, ਬਾਗੜੀ ਸਾਹਿਬ ਇਹ ਜ਼ਮੀਨਾਂ ਦੇ ਮਾਲਕ ਨੇ ਜਿਨ੍ਹਾਂ ਨੂੰ ਜ਼ਿਮੀਦਾਰ ਕਿਹਾ ਜਾਂਦਾ, ਇਹ ਰਾਜੇ ਨੇ ਆਪਣੇ ਖੇਤਾਂ ਦੇ, ਇਹਨਾਂ ਨੂੰ CLU ਪਤਾ ਨਹੀਂ ਹੈਗਾ, ਇਹਨਾਂ ਦੀਆਂ ਜ਼ਮੀਨਾਂ 'ਚ CLU ਕੱਟ ਗਏ। ਥੋੜ੍ਹਾ ਦਰਸ਼ਕਾਂ ਨੂੰ ਦੱਸੋ ਵੀ ਕਿਵੇਂ ਇਹਨਾਂ ਨਾਲ ਧੋਖਾ ਹੋ ਗਿਆ। ਦੇਖੋ CLU ਦਾ ਇਹਨਾਂ ਨੂੰ ਪਤਾ ਨਹੀਂ ਹੈ, ਰਾਜੇ ਖੇਤਾਂ ਦੇ ਆ ਪਰ ਘੁੰਮਦੇ ਮੋਟਰਸਾਈਕਲ ਤੇ ਸਕੂਟਰਾਂ ਤੇ ਹੀ ਹੈ। ਔਰ ਜਿਹਨੂੰ CLU ਦਾ ਪਤਾ ਹੈ ਔਰ ਜਿਹਦੇ ਕੋਲ ਪੂਰਾ ਗੱਡਮਾ ਪੈਸਾ ਹੈ,
ਉਹ 4-4 ਕਰੋੜ ਦੀਆਂ ਗੱਡੀਆਂ 'ਚ ਘੁੰਮਦੇ ਆ ਇਹ ਰਾਜਿਆਂ ਦੀਆਂ ਜ਼ਮੀਨਾਂ ਨੂੰ ਦਿਖਾ ਕੇ। ਹੁਣ CLU ਹੁੰਦਾ ਕੀ ਹੈ, ਚੇਂਜ ਆਫ ਲੈਂਡ ਯੂਜ਼ ਹੈ, ਜਿੱਥੇ ਮਾਸਟਰ ਪਲਾਨ ਲਾਗੂ ਹੁੰਦਾ ਉੱਥੇ ਕੋਈ ਵੀ ਬੰਦਾ ਨਕਸ਼ਾ ਪਾਸ ਕਿਰਾਏ ਤੋਂ ਬਿਨਾਂ ਆਪਣਾ ਘਰ ਵੀ ਨਹੀਂ ਬਣਾ ਸਕਦਾ, ਜਿੱਥੇ ਮਾਸਟਰ ਪਲਾਨ ਲਾਗੂ ਹੋ ਗਿਆ LPA ਤੋਂ ਬਾਅਦ। ਔਰ ਇਹ ਚੇਂਜ ਆਫ ਲੈਂਡ ਯੂਜ਼ ਕਰਾਉਣ ਵਾਸਤੇ ਤੁਹਾਨੂੰ ਜਿਵੇਂ ਇਸ ਪ੍ਰੋਜੈਕਟ ਦੇ ਵਿੱਚ ਸਨਟੈਕ ਸਿਟੀ ਪ੍ਰੋਜੈਕਟ ਦਾ ਨਾਮ ਹੈ, ਮੁੱਲਾਂਪੁਰ ਨਿਊ ਚੰਡੀਗੜ੍ਹ ਏਅਰਪੋਰਟ ਰੋਡ 'ਤੇ 108 ਏਕੜ ਦੀ CLU ਹੈ, ਰੈਜੀਡੈਂਸ਼ੀਅਲ ਕਲੋਨੀ। CLU ਪਾਸ ਉਦੋਂ ਇਹਦੀਆਂ ਪ੍ਰੋਵਿਜ਼ਨਸ ਨੇ, ਰੀਜ਼ਨ ਵੀ ਦੱਸ ਦਿੰਦਾ ਕਿਉਂ ਹੁੰਦਾ। 100 ਕਿੱਲੇ ਦੀ ਮਿਨੀਮਮ ਰਿਕੁਆਇਰਮੈਂਟ ਸੀ ਕਿਉਂਕਿ ਇਹ ਮਾਸਟਰ ਪਲਾਨ ਦੇ ਵਿੱਚ ਜਦੋਂ ਆਪਾਂ ਨਵਾਂ ਸ਼ਹਿਰ ਦੇਖਣਾ ਚਾਹੁੰਦੇ ਹਾਂ ਜਿਹਦੇ ਵਿੱਚ ਥਾਣਾ ਹੋਵੇ, ਕਮਿਊਨਿਟੀ ਸੈਂਟਰ ਹੋਣ, ਜਿਹਦੇ ਵਿੱਚ ਸਕੂਲ ਦਾ ਪ੍ਰੋਵਿਜ਼ਨ ਹੋਵੇ, ਪਾਰਕ ਹੋਣ, 40-40 ਫੁੱਟ ਚੌੜੀਆਂ ਸੜਕਾਂ ਹੋਣ, ਜੇ ਉੱਥੇ ਜ਼ਮੀਨ ਘੱਟੋ ਘੱਟ 100 ਕਿੱਲਾ ਹੋਊਗੀ ਤਦੇ ਉਹਦਾ CLU ਹੋਊਗਾ। ਫਿਰ ਉਸ ਤੋਂ ਬਾਅਦ ਲਾਇਸੈਂਸ ਮਿਲਦਾ, ਰੇਰਾ ਨੰਬਰ ਮਿਲਦਾ, ਲੇਆਊਟ ਪਲਾਨ ਹੁੰਦਾ। ਚੇਂਜ ਆਫ ਲੈਂਡ ਇਹ ਹੁੰਦਾ ਕਿ ਵੀ ਇੱਥੇ ਪਲੋਟ ਹੋਊਗਾ, ਇੱਥੇ ਸੜਕ ਹੋਊਗੀ, ਇੱਥੇ ਥਾਣਾ ਹੋਊਗਾ, ਜਾਂ ਇੱਥੇ ਪੁਲਿਸ ਚੌਂਕੀ ਹੋਊਗੀ, ਉੱਥੇ ਕਮਿਊਨਿਟੀ ਸੈਂਟਰ ਹੋਊਗਾ। ਪਰ ਹੋਇਆ ਕਿ ਇਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿੰਦਾ, ਸਿਰਫ ਤੇ ਸਿਰਫ 43 ਕਿੱਲੇ ਇਹਨਾਂ ਨੇ ਪਰਚੇਜ਼ ਕਰੇ ਨੇ, ਪਰ ਜਿਹੜਾ ਰਿਪਲਾਈ ਆਇਆ ਸ਼ਾਇਦ ਉਹਦੇ ਤੋਂ ਵੀ ਘੱਟ ਸੀਗੇ ਜਿਸ ਟਾਈਮ ਇਹਨਾਂ ਨੇ ਪੂਰਾ ਇੱਥੇ ਤਾਮ ਝਾਮ ਸਟਾਰਟ ਕਰਿਆ। ਔਰ ਕਾਨੂੰਨ 'ਚ ਇੱਕ ਵਿਵਸਥਾ ਸੀ ਕਿ ਜੇ ਤੁਹਾਡੇ ਕੋਲ 100 ਕਿੱਲੇ ਦੀ ਮਾਲਕੀਅਤ ਨਹੀਂ ਹੈਗੀ, ਜਿਨ੍ਹਾਂ ਦੀ ਮਾਲਕੀਅਤ ਹੈ ਉਹਨਾਂ ਦੇ ਸਹਿਮਤੀ ਪੱਤਰ ਦਿਖਾ ਕੇ ਤੁਸੀਂ CLU ਕਰਾ ਸਕਦੇ ਹੋ। ਫਿਰ ਉਹ ਫਰਦਾਂ ਚੱਕੀਆਂ ਬੈਠ ਕੇ ਚਾਰ ਦੀਵਾਰੀ ਦੇ ਵਿੱਚ ਫਰਦਾਂ ਤੋਂ ਪਤਾ ਲੱਗ ਜਾਂਦਾ ਲੱਠੇ ਤੋਂ ਬਾਅਦ ਵੀ ਕਿਹਦੀ ਕਿਹਦੀ ਜ਼ਮੀਨ ਨਾਲ ਲੱਗਦੀ ਹੈ। ਜਿਹੜਾ ਅੰਗੂਠਾ ਲਾਉਂਦਾ ਉਹਦੇ ਅੰਗਰੇਜ਼ੀ 'ਚ ਸਾਈਨ, ਪੰਜਾਬੀ 'ਚ ਸਾਈਨ ਕਰਕੇ ਜਾਲੀ ਕੰਸੈਂਟ ਲੈਟਰਾਂ 'ਤੇ CLU ਵੀ ਦੇ ਤਾ, ਗਮਾਡਾ ਪੁੱਡਾ ਰੇਰਾ ਨੇ ਨੰਬਰ ਤੱਕ ਲਿਆ ਉਹ ਪਲਾਨ, ਮਾਲਕਾਂ ਨੂੰ ਕੁਛ ਪਤਾ ਨਹੀਂ ਹੈ। ਔਰ ਜਿਹੜੇ ਓਰਿਜਿਨਲ ਲੈਟਰਸ ਨੇ ਉਹ ਓਰਿਜਿਨਲ ਲੈਟਰਸ ਵੀ ਪਤਾ ਨਹੀਂ ਹੈ ਕਿੱਥੇ ਹੈਗੇ ਨੇ, ਜਿਹਨਾਂ ਸਹਿਮਤੀ ਪੱਤਰ, ਕਿਉਂਕਿ ਜੇ ਓਰਿਜਿਨਲ ਦੇ ਤੇ ਪਰਚੇ 'ਚ ਹੋਰ ਮਜ਼ਬੂਤੀ ਆ ਜਾਂਦੀ ਹੈ, ਜਿਵੇਂ ਕਿਸੇ ਨੂੰ ਆਪਾਂ ਮਰਡਰ ਕਰਕੇ ਉਹਦੀ ਲਾਸ਼ ਬਰਾਮਦ ਨਾ ਹੋਵੇ, ਉਹ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ। ਅਸਲ ਕਾਗਜ਼ ਤਾਂ ਇਸ ਕਰਕੇ ਛਪਾ ਲਏ ਇਹਨਾਂ ਨੇ, ਅਤੇ ਹੁਣ ਪ੍ਰੋਵਿਜ਼ਨ ਜਦੋਂ ਮੈਂ ਹਾਈ ਕੋਰਟ ਵੀ ਦੱਸੀ ਵੀ ਆਹ ਰੂਲ ਦੇ ਅਕੋਰਡਿੰਗਲੀ ਜਿਵੇਂ ਰਜਿਸਟਰੀ ਵਾਲਾ ਕਹੇ ਜਿਹਨੇ ਰਜਿਸਟਰੀ ਕਰਾਈ ਹੈ, ਤੁਸੀਂ ਰਜਿਸਟਰੀ ਕਰਾਉਂਦੇ ਹੋ, ਜਿਹੜਾ ਤੁਹਾਡੇ ਤੋਂ ਪਹਿਲਾਂ ਰਜਿਸਟਰੀ ਹੈ ਉਹਦੀ ਵੀ ਅਸਲ ਕਾਪੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ। ਜੇ ਉਹ ਬੈਂਕ ਕੋਲ ਪਈ ਹੈ ਤਾਂ ਰਜਿਸਟਰੀ ਨਹੀਂ ਹੋ ਸਕਦੀ। ਇੱਦਾਂ ਹੀ ਇਹਦੇ ਵਿੱਚ ਰੇਰਾ ਦੇ ਜਿਹੜੇ ਰੂਲਸ ਨੇ, ਗਮਾਡਾ ਪੁੱਡਾ ਨੂੰ ਗਵਰਨ ਕਰਨ ਵਾਲੇ ਅਲੱਗ ਅਲੱਗ ਐਕਟ ਨੇ, ਤਾਂ ਜਿਹੜਾ ਪ੍ਰਮੋਟਰ ਹੈ, ਜਿਹੜਾ ਕੰਪਨੀ ਦਾ ਮਾਲਕ ਹੈ, ਉਹਦੇ ਕੋਲ ਅਸਲ ਹੋਣੇ ਜ਼ਰੂਰੀ ਸੀਗੇ। ਅੱਛਾ, ਮੈਨੂੰ ਇੱਕ ਚੀਜ਼ ਹੋਰ ਦੱਸੋ, ਇੱਥੇ ਪੁਲਿਸ ਸਟੇਸ਼ਨ ਦੀ ਲੋਕੇਸ਼ਨ ਦੱਸ ਰਹੇ ਹੋ ਤੁਸੀਂ, ਉਹ ਸਾਹਮਣੇ ਜਿੱਥੇ ਫਾਰਮ ਹੈ ਉੱਥੇ ਕੀ ਹੈ? ਕਮਿਊਨਿਟੀ ਇਹੀ ਦੱਸ, ਕਮਿਊਨਿਟੀ ਕੇਂਦਰ, ਸੁਵਿਧਾ ਕੇਂਦਰ ਬਣਾਇਆ ਹੋਇਆ। ਅੱਛਾ, ਉੱਥੇ ਸੁਵਿਧਾ ਕੇਂਦਰ, ਸੁਵਿਧਾ ਕੇਂਦਰ ਬਣਾਇਆ ਹੋਇਆ। ਔਰ ਇਹ ਤਾਂ ਕੀ ਤੇ ਤੁਹਾਡਾ ਹੀ ਹੈ ਕਿ ਕਿਹਨਾਂ ਦਾ? ਇਹਨਾਂ ਦੀ ਜਗ੍ਹਾ ਚ ਜਿਹੜਾ ਕਿ 35 ਮਸਤੀਲ ਦਾ 12 ਨੰਬਰ ਹੈ, ਉਹਦੇ ਵਿੱਚ ਪਲੋਟ ਨੰਬਰ 459 469 ਕੱਟਤਾ, ਕੱਟਿਆ ਹੀ ਨਹੀਂ, ਉਹ ਕੰਜ਼ਿਊਮਰ ਕੋਰਟ ਦੇ ਵਿੱਚ ਗਿਆ ਬੰਦਾ, ਕੰਜ਼ਿਊਮਰ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਇਹਨਾਂ ਦੀ ਜ਼ਮੀਨ ਜਿੱਥੇ ਇਹ ਖੇਤੀ ਕਰਦੇ ਆ ਉਹ ਬੰਦੇ ਨੂੰ 459 ਨੰਬਰ ਦੇਤਾ। 3 ਤਰ੍ਹਾਂ ਦਾ ਧੋਖਾ ਹੋ ਗਿਆ, ਇਹਨਾਂ ਨਾਲ ਧੋਖਾ ਹੋ ਗਿਆ, ਜਿਹੜੇ ਨੂੰ ਵੇਚਿਆ ਉਹਦੇ ਨਾਲ ਧੋਖਾ ਹੋ ਗਿਆ, ਜਿਹੜੀ ਕੋਰਟ ਦੇ ਵਿੱਚ ਐਫੀਡੈਵਿਟ ਦਿੱਤਾ ਉਹ 'ਚ ਧੋਖਾ ਹੋ ਗਿਆ। ਹਾਈ ਕੋਰਟ ਜਦੋਂ ਹਾਈਲਾਈਟ ਕਰਿਆ, ਹੁਣ ਐਫੀਡੈਵਿਟ ਫਾਈਲ ਕਰਤਾ ਵੀ ਅਸੀਂ ਸੈਟਲਮੈਂਟ ਆਪੇ ਕਰ ਲੈਂਦੇ ਹਾਂ, ਇਹਦਾ ਤਾਂ ਇੱਕ ਸੈਪਰੇਟ ਪਰਚਾ ਬਣਦਾ ਹੋਰ ਹੋਣਾ।
ਧੋਖਾਧੜੀ ਜਿਹੜੀ ਹੋਈ ਹੈ ਆਮ ਜਨਤਾ ਨਾਲ ਵੀ ਹੋਈ ਹੈ। ਇਸੇ ਕਰਕੇ ਪ੍ਰੋਵੀਜ਼ਨ ਮੈਂ ਪਹਿਲਾਂ ਹੀ ਮੰਗ ਲਈ ਸੀ ਇਹਦੇ ਵਿੱਚ, ਇਹ ਸਿਰਫ ਅਤੇ ਸਿਰਫ ਲੋਕਾਂ ਨਾਲ ਧੋਖਾਧੜੀ ਦਾ ਮਤਲਬ ਹੈ। ਇਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਆਪਣੇ ਐਸੈਟਸ ਬਣਾਏ ਨੇ ਜਾਂ ਹੋਰ ਘਰਦਿਆਂ ਦੇ ਨਾਮ 'ਤੇ ਨੇ, ਸਾਰੀਆਂ ਦੇ ਐਸੈਟਸ ਅਟੈਚ ਕਰਕੇ ਜਾਂ ਜਿੰਨੀਆਂ ਵੀ ਪ੍ਰੋਪਰਟੀਆਂ ਸੀਜ਼ ਕਰਕੇ ਰੱਖੀਆਂ ਜਾਣ ਤਾਂ ਜੋ ਜਿਹੜੇ ਲੋਕਾਂ ਨੂੰ ਆਮ ਜਨਤਾ ਦੀ ਵੀ ਲੁੱਟ ਹੋਈ ਹੈ। ਸੀ ਐਲ ਯੂ ਘਰਾਂ 'ਤੇ ਹੋ ਸਕਦਾ, ਕਿਸੇ ਦੇ ਘਰ 'ਤੇ ਵੀ ਹੋਏ? ਹਾਂਜੀ ਹਾਂਜੀ। ਕੀ ਨਾਮ ਬਜ਼ੁਰਗੋ? ਮਿਹਰ ਸਿੰਘ ਹੈ ਜੀ। ਤੁਹਾਡੇ ਘਰ 'ਤੇ ਕੀ ਹੈ? ਤੁਹਾਡੇ ਘਰ ਦਾ ਵੀ ਸੀ ਐਲ ਯੂ? ਹਾਂਜੀ ਉਹ ਵੀ ਹੈ, ਇਹਨਾਂ ਵਿੱਚ ਪਾਇਆ ਪਿਆ ਜੀ। ਪਤਾ ਸੀ ਐਲ ਯੂ ਕਿਆ ਹੁੰਦਾ? ਉਹ ਆਪਣਾ ਆਹ ਜਿਹੜਾ ਪ੍ਰੋਜੈਕਟ ਇਹਨਾਂ ਨੇ ਤਿਆਰ ਕਰਿਆ, ਹਾਂ ਉਹਦੇ ਵਿੱਚ ਪਾਇਆ ਪਿਆ ਜੀ। ਹਾਂਜੀ ਮੈਂ ਤਾਂ ਉਹੀ ਕਹਿੰਦਾ, ਤੁਸੀਂ ਨਕਸ਼ਾ ਪਾਸ ਕਰਾਉਣਾ ਹੁੰਦਾ ਆਪਣੇ ਪਲੋਟ ਦਾ, ਤੁਸੀਂ 100 ਗਜ ਦਾ 4840 ਸਕੇਅਰ ਯਾਰਡ ਹੁੰਦੇ ਆ ਇੱਕ ਕਿੱਲੇ ਦੇ ਵਿੱਚ, 108 ਕਿੱਲਿਆਂ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਕਿੰਨੇ ਕੁ ਕਿੱਲੇ ਹੁਣ ਤੁਹਾਡੇ? 38-40 ਕਿੱਲਿਆਂ ਦੇ, 40-50 ਦੇ ਵਿੱਚ ਹਾਲੇ ਵੀ ਤੁਹਾਡੇ, ਇਹਨਾਂ ਦੇ ਨਾਮ ਖੜੇ ਨੇ, ਮਾਲਕੀਅਤ ਹੈ ਔਰ ਲਾਇਸੈਂਸ ਦੀ ਕੰਡੀਸ਼ਨ ਸੀ ਇਹ ਵੀ ਪਹਿਲੇ 3 ਸਾਲਾਂ 'ਚ ਮੈਕਸੀਮਮ 5 ਸਾਲਾਂ 'ਚ ਇਹਨਾਂ ਤੋਂ ਸਾਰਿਆਂ ਤੋਂ ਖਰੀਦ ਕਰਨੇ ਸੀ ਇਹ ਇਹਨਾਂ ਦੀ ਜ਼ਮੀਨ, ਤੇ ਨਾਲ ਕਲੈਬੋਰੇਸ਼ਨ ਐਗਰੀਮੈਂਟ ਕਰਨੇ ਸੀ। ਕਲੈਬੋਰੇਸ਼ਨ ਐਗਰੀਮੈਂਟ ਕਿਉਂ ਨਹੀਂ ਹੋਏ? ਕਿਉਂਕਿ ਉਹ ਤਹਿਸੀਲਦਾਰ ਦੇ ਸਾਹਮਣੇ ਜਾਂ ਰਜਿਸਟਰਾਰ ਦੇ ਸਾਹਮਣੇ ਹੋਣੇ ਸੀ, ਉੱਥੇ ਤਾਂ ਕਿਉਂਕਿ ਜਾਲੀ ਕੰਮ ਹੋਣਾ ਸੀ, ਉੱਥੇ ਤਾਂ ਖੁਦ ਦੇ ਠੱਪੇ ਨਹੀਂ ਲੱਗ ਸਕਦੇ। ਕਿੱਡਾ ਕੁ ਬੜਾ ਫਰੋਡ ਹੈ ਬਾਗੜੀ ਸਾਹਿਬ ਜੇ ਦੇਖਿਆ ਜਾਵੇ? ਇਹਨਾਂ ਨੇ ਜਿਹੜਾ ਕੈਲਕੂਲੇਟ ਕੀਤਾ, ਜਿਵੇਂ ਤਾਂ ਇਹਨਾਂ ਦੇ ਸ਼ੋਰੂਮ ਵੀ ਕੱਟੇ ਨੇ ਇਹਨਾਂ ਨੇ ਆਪਣੀ ਪ੍ਰੋਪਰਟੀ 'ਤੇ, ਕਿਉਂਕਿ 43 ਕਿੱਲਿਆਂ 'ਤੇ ਜਿਹੜਾ ਇਹਨਾਂ ਨੇ ਓਨਰਸ਼ਿਪ ਹੈ, ਜਦੋਂ ਨਕਸ਼ਾ ਪਾਸ ਕਰਾਇਆ 100 ਕਿੱਲਾ ਦਿਖਾ ਕੇ ਉਹਦੇ ਬਦਲੇ ਗਿਣਤੀ ਮਿਲਦੀ ਹੈ। ਜੇ 50 ਕਿੱਲਿਆਂ ਦੇ ਬਦਲੇ 10 ਸ਼ੋਰੂਮ ਮਿਲਣਗੇ, 100 ਕਿੱਲਿਆਂ ਦੇ ਮਗਰ ਮਤਲਬ 50 ਸ਼ੋਰੂਮ ਮਿਲਣਗੇ, ਉਹ ਸਾਰਾ ਕਮਰਸ਼ੀਅਲ ਤੁਸੀਂ ਦੇਖ ਲਿਓ ਪ੍ਰੋਜੈਕਟ ਦੇ ਉੱਤੇ, ਜਿਹੜਾ ਇਹਨਾਂ ਦਾ ਆਪਣੀ ਓਨਰਸ਼ਿਪ ਹੈ ਉੱਥੇ ਕੱਟਤੇ, ਉਹ ਉੱਥੇ ਸੇਲ ਆਊਟ ਕਰਤੇ, ਜਿਵੇਂ ਇਹ ਪਟੀਸ਼ਨ ਦੇ ਵਿੱਚ ਇਹਨਾਂ ਦੇ ਕਹਿਣ 'ਤੇ ਆਪਾਂ ਨੇ ਮੰਗ ਕੀਤੀ ਹੋਈ ਹੈ। ਫਲੈਟ ਜਿੰਨਾ ਕਮਰਸ਼ੀਅਲ ਮੋਟਾ ਪੈਸਾ ਆਉਣ ਵਾਲਾ ਸੀ ਉਹ ਆਪਣੇ ਵਾਲਿਆਂ 'ਚ ਕਰ ਲਿਆ, ਅਤੇ ਉਸ ਤੋਂ ਬਾਅਦ ਹੁਣ ਇਹ ਵੀ ਇੱਥੋਂ ਤੱਕ ਚੱਲ ਰਿਹਾ ਵੀ ਜਿਹੜੀ ਇਹਨਾਂ ਦੀ ਜ਼ਮੀਨ ਆ ਉਹ ਕੱਢ ਦਿੰਦੇ ਆ ਵਿੱਚ, ਕਮਾਈ ਤਾਂ ਕਰ ਲਈ ਇਹਨਾਂ ਦੀ ਦਿਖਾ ਕੇ ਸਾਰੀ, ਉਹ ਕੱਢ ਕੇ ਵੀ ਕਿਵੇਂ ਚੱਲ ਜੂਗਾ ਕਿਉਂਕਿ ਕੈਂਸਲੇਸ਼ਨ ਤਾਂ ਹੋ ਨਹੀਂ ਸਕਦੀ। ਇਹ ਆਰਡਰ 'ਚ ਵੀ ਅਬਜ਼ਰਵ ਕਰਤਾ ਮੰਨਯੋਗ, ਕੋਰਟ ਕੀ ਕਹਿੰਦੀ? ਕੋਰਟ ਨੇ ਤਾਂ ਮਤਲਬ ਇਹਨਾਂ ਜਦੋਂ ਪੁੱਛਿਆ ਇਹਨਾਂ ਤੋਂ ਤਾਂ STP ਸੀਨੀਅਰ ਟਾਊਨ ਪਲਾਨਰ ਨੇ, ਉਹ ਕੋਰਟ ਨੇ ਅਬਜ਼ਰਵ ਕਰਤਾ, ਇਹ ਕਈ ਕਹਿੰਦੇ ਆ ਵੀ ਇਹ ਲਾਇਸੈਂਸ ਹੀ ਨਹੀਂ ਕੈਂਸਲ ਹੋਇਆ, ਇਹ ਉਹਨਾਂ ਨੂੰ ਹੈ, ਇਹ ਆਰਡਰ ਹੈ ਕੋਰਟ ਦਾ, ਡਿਵੀਜ਼ਨ ਬੈਂਚ ਦਾ, ਹਾਈ ਕੋਰਟ ਦਾ, ਉਹ 'ਚ ਅਬਜ਼ਰਵੇਸ਼ਨ ਕੀਤਾ ਟੁਡੇ ਮਤਲਬ ਜਿੱਦਣ ਪੇਸ਼ੀ ਸੀਗੀ ਇਸ ਕੇਸ ਦੀ, ਹੁਣ ਔਨ ਇੰਸਟਰਕਸ਼ਨਸ ਸਬਮਿਟ ਦੈਟ ਦੀ ਕੰਪੀਟੈਂਟ ਅਥਾਰਟੀ ਹੈਜ਼ ਇਨ ਫੈਕਟ ਆਰਡਰਡ ਕੈਂਸਲੇਸ਼ਨ ਆਫ ਲਾਇਸੈਂਸ ਗ੍ਰਾਂਟਡ ਟੂ ਦੀ ਰਿਸਪੋਂਡੈਂਟ ਨੰਬਰ 17, 19, and 23, ਇਹ ਸਨਟੈਕ ਸਿਟੀ ਪਾਰਟੀ ਹੈ ਜਿੱਥੇ ਆਊ, ਫਾਰ ਅੰਡਰ ਦੀ 1995 ਐਕਟ ਦੇਅਰ ਇਜ਼ ਨੋ ਪ੍ਰੋਵੀਜ਼ਨ ਫਾਰ ਪਾਰਸ਼ੀਅਲ ਕੈਂਸਲੇਸ਼ਨ ਆਫ ਲਾਇਸੈਂਸ। ਪਾਰਸ਼ੀਅਲ ਤਾਂ ਹੋ ਹੀ ਨਹੀਂ ਸਕਦਾ, ਪੂਰਾ ਪ੍ਰੋਜੈਕਟ ਹੀ ਖਤਮ ਹੋਣਾ ਹੈ। ਔਰ ਉਹ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਸਬਮਿਟ ਕੀਤਾ ਕਿ ਇੱਕ ਐਪਲੀਕੇਸ਼ਨ ਵਿਚਾਰ ਅਧੀਨ ਹੈ ਜਿਹਦੇ ਵਿੱਚ ਲੋਕਲ ਮਿਨਿਸਟਰ ਨੂੰ ਵੀ ਅਸੀਂ ਕਿਹਾ ਵੀ ਇਹ ਕੱਢ ਦਿਓ। ਕੋਰਟ ਨੇ ਉੱਥੇ ਇਹ ਓਰਲੀ ਅਬਜ਼ਰਵ ਵੀ ਕੀ ਪੁੱਛਿਆ ਵੀ ਪਤਾ ਨਹੀਂ ਹੈ ਵੀ ਕੋਰਟ ਦੇ ਅਧੀਨ ਹੈ ਇਹ ਸੁਪਰਵਿਜ਼ਨ ਦੇ ਵਿੱਚ, ਦੇਖੋ ਕਿੱਥੋਂ ਤੱਕ ਮਤਲਬ ਫਿਰ ਇਹ ਕੀਤਾ ਜਾ ਰਿਹਾ ਵੀ ਕੋਈ ਨਾ ਕੋਈ ਇਹਨਾਂ ਨੂੰ ਕਰਕੇ ਇਸ ਰਿਵਾਈਵ ਕੀਤਾ ਜਾਵੇ। ਹੁਣ ਮੁੱਕਦੀ ਗੱਲ ਕੀ ਹੈ ਕਿ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਪਿੰਡ ਵਾਸੀਆਂ, ਹੁਣ ਇਹ ਤਾਂ ਤੁਸੀਂ ਆ ਜਾਂ ਵਕੀਲ ਸਾਹਿਬ 2-4 ਜਿਹੜੇ ਅੱਗੇ ਖੜ ਗਏ, ਨਹੀਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਘਰਾਂ 'ਤੇ? ਨਹੀਂ ਪਤਾ ਜੀ, ਇੱਥੇ ਕਿਸੇ ਲੋਕਾਂ ਨੂੰ ਨਹੀਂ ਪਤਾ, ਸਾਨੂੰ ਵੀ ਜਦੋਂ ਪਤਾ ਲੱਗਿਆ ਜਦੋਂ ਸਾਡੇ ਖੇਤਾਂ 'ਚ ਪਲਾਟ ਲੈਣ ਆ ਗਏ। ਇੱਕ ਤੁਹਾਨੂੰ ਮੈਂ ਨਵੀਂ ਗੱਲ ਹੋਰ ਦੱਸਦਾ ਜੀ, ਇਹੀ 82 ਕਨਾਲ ਨੇ ਜਿੱਥੇ ਆਪਾਂ ਖੜ੍ਹੇ ਹਾਂ, ਜਿਹੜੀ ਕਿ ਐਲਟਸ ਨੂੰ ਵੀ ਆਪਣੀ
ਆਪਣੀ ਸੀਐਲ ਨੂੰ ਪਾਸ ਕਰਾਈ ਵੀ ਹੈ ਅਤੇ ਸੈਂਟੈਕਸ ਸਿਟੀ ਨੂੰ ਵੀ ਹੋਈ ਵੀ ਹੈ। ਇੰਨਾ ਬੜਾ ਘਪਲਾ, ਇਹੀ ਬਿਆਸੀ ਕਨਾਲ ਹੈ ਜਿੱਥੇ ਆਪਾਂ ਖੜ੍ਹੇ ਹਾਂ, ਇਹੀ ਬਿਆਸੀ ਕਨਾਲਾਂ ਦੀ ਐਲਟਸ ਨੂੰ ਪਾਸ ਕਰੀ ਵੀ, ਇਹੀ ਬਿਆਸੀ ਕਨਾਲਾਂ ਦੀ ਆਪਾਂ ਸੈਂਟੈਕਸ ਨੂੰ ਪਾਸ ਕਰਤੀ ਇਹਨਾਂ ਨੇ। ਇਹ 'ਚ ਬੜਾ ਇਹ ਅਸੀਂ ਪੁਆਇੰਟ ਵੀ ਰੱਖਿਆ ਹੋਇਆ ਕੋਰਟ ਦੇ ਅੱਗੇ ਵੀ ਪਹਿਲਾਂ ਬਿਆਸੀ ਕਨਾਲ ਜਿਹੜੀ ਹੈ ਉਹ ਐਲਟਸ ਕਰਾ ਗਈ ਇਹਨਾਂ ਦਾ, ਚਲੋ ਇਹ ਮੰਨ ਲਈਏ ਵੀ ਇਹਨਾਂ ਨੇ ਉਹਨਾਂ ਨੂੰ ਵੀ ਸਹਿਮਤ, ਉਹ ਵੀ ਸਹਿਮਤੀ ਪੱਤਰਾਂ 'ਤੇ ਹੀ ਹੈ, ਉਹੀ ਬਿਆਸੀ ਕਨਾਲ ਕਿਉਂਕਿ ਪਤਾ ਤਾਂ ਹੈ ਨਹੀਂ ਸੀ, ਫਰਦਾਂ ਚੱਕ ਕੇ ਇਹਨਾਂ ਨੇ ਪੇਸ਼ ਕਰਤਾ। ਜਦੋਂ ਉਹ ਸੀ ਐਲ ਯੂ ਕਰਨ ਲੱਗੇ ਅਧਿਕਾਰੀਆਂ ਨੂੰ ਪਤਾ ਲੱਗ ਗਿਆ ਵੀ ਬਿਆਸੀ ਕਨਾਲ ਤਾਂ ਇਹੀ ਜ਼ਮੀਨ ਦੇ ਵਿੱਚੋਂ ਐਲਟਿਸ ਨੂੰ ਹੋਇਆ ਹੋਇਆ, ਅਧਿਕਾਰੀਆਂ ਨੇ ਫਿਰ ਵੀ ਇਹਨਾਂ ਨੂੰ ਬੁਲਾਉਣ ਦੀ ਹਿੰਮਤ ਨਹੀਂ ਕਰੀ ਵੀ ਤੁਸੀਂ ਦੋ ਦੋ ਨੂੰ ਕਿਉਂ ਦਿੰਦੇ ਹੋ ਸਹਿਮਤੀ ਪੱਤਰ, ਉੱਥੇ ਪਤਾ ਲੱਗ ਜਾਣਾ ਸੀ ਘਪਲਾ। ਇਹਨਾਂ ਦੀ ਸੈਂਟੈਕ ਸਿਟੀ ਵਾਲਿਆਂ ਦੀ ਜਿਹਨਾਂ ਜਿਹੜੇ ਇਹ ਨੇ ਇਹਨਾਂ ਦੀ ਐਲਟਿਸ ਦੇ ਨਾਲ ਆਪਸ 'ਚ ਸੈਟਲਮੈਂਟ ਕਰਾਤੀ, ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦੇ ਫਿਰ ਫੋਟੋਆਂ ਵਾਲੇ, ਕਿਉਂਕਿ ਇਹਦੇ ਵਿੱਚ ਜਿਹੜੇ 43 ਜਾਂ 56 ਕਿੱਲੇ ਉਹਨਾਂ ਨੇ ਖਰੀਦੇ ਵੀ ਹੋਏ ਨੇ, ਉਹ ਵੀ ਇਸੇ ਪਿੰਡ ਦੇ ਖਰੀਦੇ ਨੇ ਨਾ, ਉਹ ਬੰਦਿਆਂ ਨੂੰ ਤਾਂ ਪੈਸੇ ਵੀ ਮਿਲੇ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਖਰੀਦੇ ਨੇ, ਉਹਨਾਂ ਦੇ ਸਹਿਮਤੀ ਪੱਤਰ ਨੂੰ ਵੀ ਉਹ ਕਹਿਣਗੇ ਠੀਕ ਆ ਪੈਸੇ ਲੈ ਕੇ ਦਿੱਤੇ ਨੇ, ਉਹਨਾਂ ਦਾ ਤਾਂ ਕੋਈ ਪ੍ਰੋਵਿਜ਼ਨ ਹੀ ਨਹੀਂ ਰਹੀ, ਰੌਲਾ ਤਾਂ ਇਹਨਾਂ ਦਾ ਰਹਿ ਗਿਆ ਨਾ, ਜਿਹੜੇ ਬੰਦੇ ਖੜ ਗਏ ਅਟ ਗਏ ਵੀ ਨਾ ਅਸੀਂ ਵੇਚਣੀ ਹੈ ਨਾ ਅਸੀਂ ਵੇਚੀ ਹੈ, ਜੋ ਅਫੈਂਸ ਕਰਿਆ ਚੋਰ ਤਾਂ ਫਿਰ ਚੋਰੀ ਕਰਕੇ ਕਹੂਗਾ ਮੈਂ ਮਾਲ ਵੇਚਤਾ ਵੀ ਅੱਜ ਤੋਂ ਬਾਅਦ ਛੱਡ ਦਿਓ ਮੈਨੂੰ। ਇੱਕ ਸਵਾਲ ਇਹ ਖੜਾ ਹੋ ਜਾਂਦਾ, ਇਹਨਾਂ ਦੀ ਰਜਿਸਟਰੀ ਤਾਂ ਹੋਈ ਨਹੀਂ ਹੈਗੀ, ਜ਼ਮੀਨ ਇਹਨਾਂ ਦੇ ਨਾਂ ਆ, ਫਿਰ ਇਹਨਾਂ ਦਾ ਨੁਕਸਾਨ ਕੀ ਹੈ, ਕਿਸ ਗੱਲ ਦਾ ਰੌਲਾ ਰੱਫੜ, ਕਿਸ ਚੱਕਰ ਦਾ ਹੈ? ਜ਼ਮੀਨ ਤਾਂ ਕਾਬਜ਼ ਇਹ ਨੇ, ਜੀਰੀ ਇਹਨਾਂ ਨੇ ਲਾਈ ਹੋਈ ਆ, ਮੋਟਰ ਇਹਨਾਂ ਦੀ ਚੱਲਦੀ ਆ, ਚਾਹੇ ਮਤਲਬ ਨੁਕਸਾਨ ਕਿੱਥੇ ਹੈ ਫਿਰ ਇਹਨਾਂ ਨੂੰ? ਨੁਕਸਾਨ ਜਦੋਂ ਲੇਆਊਟ ਪਲਾਨ ਅਪਰੂਵ ਹੋ ਗਿਆ ਉਹਦੇ ਉੱਤੇ ਇਹਨਾਂ ਦੀ ਜ਼ਮੀਨ ਆ ਜਿਹੜੀ, ਜਿਹੜਾ ਤੁਹਾਨੂੰ ਮੈਂ ਹੁਣ ਐਫੀਡੈਵਿਟ ਦਿਖਾ ਕੇ ਹਟਿਆ, ਉਹਦੇ ਉੱਤੇ ਕਾਗਜ਼ਾਂ ਦੇ ਵਿੱਚ ਗਮਾਡਾ ਦੀ ਮੋਹਰ ਲੱਗ ਕੇ ਪਲੋਟ ਕੱਟਿਆ ਗਿਆ, ਖਸਰਾ ਨੰਬਰ ਤਾਂ ਇਹਨਾਂ ਦੇ ਨਾਮ ਹੈ, ਪਲੋਟ ਤਾਂ ਅਪਰੂਵ ਹੋ ਗਿਆ ਨਾ, ਉਹ ਪਲੋਟ ਅਲੋਟ ਕਰਕੇ ਪੈਸੇ ਖਾ ਗਿਆ, ਆਹੀ ਤਾਂ ਧੋਖਾਧੜੀ ਹੈ। ਇਹ ਵੀ ਧੋਖਾਧੜੀਆਂ ਕਈ ਨੇ ਇਹਦੇ ਵਿੱਚ, ਇੱਕ ਤਾਂ ਜਿਹੜਾ ਆਪਣੇ ਵਾਲੇ 'ਤੇ ਅਪਰੂਵ ਕਰਾ ਲਿਆ ਉਹ ਸਾਰਾ ਧੋਖਾਧੜੀਆਂ, ਨਹੀਂ ਤਾਂ ਅਪਰੂਵ ਹੀ ਨਹੀਂ ਸੀ ਹੋਣਾ। ਮੇਰਾ ਸਵਾਲ, ਤੁਸੀਂ ਇੱਕ ਮਿੰਟ ਮੈਨੂੰ ਨਾ ਮਤਲਬ ਗੱਲ ਕੰਪਲੀਟ ਲੋਕਾਂ ਨੂੰ ਸਮਝ ਆ ਜਾਵੇ। ਦੇਖੋ ਤੁਸੀਂ ਕਿਹਾ ਪਲੋਟ ਅਪਰੂਵ ਕਰਕੇ ਕਿਸੇ ਤੋਂ ਪੈਸੇ ਖਾ ਗਏ, ਇਹਨਾਂ ਨੂੰ ਕੀ ਨੁਕਸਾਨ ਹੈ? ਮੈਂ ਇਹ ਪੁੱਛਣਾ ਚਾਹੁੰਦਾ। ਇਹਨਾਂ ਨੂੰ ਨੁਕਸਾਨ ਇਹਨਾਂ ਦਾ, ਇਹਨਾਂ ਨੇ ਕੱਲ੍ਹ ਨੂੰ ਚੱਲ ਕੇ ਆਪਣੀ ਪ੍ਰੋਪਰਟੀ ਆ ਮੇਰੀ, ਇਹਨਾਂ ਦੀ ਪ੍ਰੋਪਰਟੀ ਹੈ, ਕੱਲ੍ਹ ਨੂੰ ਸਪੋਜ਼ ਇਹਨਾਂ ਨੇ ਆਪਣਾ ਹੀ ਘਰ ਬਣਾਉਣਾ, ਉੱਥੇ ਤਾਂ ਥਾਣਾ ਸਾਰੀ ਉਮਰ ਲਈ ਪੱਕਾ ਲੱਗਿਆ ਹੋਇਆ, ਤਾਂ ਆਪਣੀ ਪ੍ਰੋਪਰਟੀ 'ਤੇ ਨਹੀਂ ਕੁਛ ਕਰ ਸਕਦੇ? ਕਿਉਂਕਿ ਕਾਗਜ਼ਾਂ ਦੇ ਵਿੱਚ ਤਾਂ ਉੱਥੇ ਸੜਕ ਨਿਕਲ ਗਈ, ਉੱਥੇ ਪਾਰਕ ਨਿਕਲ ਗਈ, ਉੱਥੇ ਪਲੋਟ ਨਿਕਲ ਗਏ, ਇਹਨਾਂ ਨੇ ਆਪਣਾ ਘਰ ਬਣਾਉਣ ਵਾਸਤੇ ਨਕਸ਼ਾ ਪਾਸ ਕਰਾ ਹੋ ਹੀ ਨਹੀਂ ਸਕਦਾ, ਕਿਉਂਕਿ ਉੱਥੇ ਤਾਂ ਨਕਸ਼ੇ ਪਾਸ ਕਰਾ ਕੇ ਬੈਠੇ ਨੇ, ਇਹ ਘਰ ਨੂੰ ਲੰਘ ਕਿਵੇਂ ਵੇਚਣਗੇ ਜਦੋਂ ਸੀ ਐਲ ਯੂ ਹੋ ਗਿਆ? ਅੱਛਾ, ਕਿਵੇਂ ਤੁਸੀਂ ਇਹਨੂੰ ਵਿੱਚ, ਇਹ ਤੋਂ ਵਿੱਚ ਇਹਨੂੰ ਬਿਨਾਂ ਇਹਨੂੰ ਵੇਚਣ ਤੋਂ, ਇਹ ਤੋਂ ਬਗੈਰ ਕਿਹਨੂੰ ਵੇਚਣਗੇ? ਸੜਕ ਲੈ ਲਉਂਗੇ ਤੁਸੀਂ, ਤੁਹਾਨੂੰ ਮੈਂ ਵੇਚਦਾ ਵੀ ਆ, ਤੁਸੀਂ ਜਾ ਕੇ ਜਦੋਂ ਨਕਸ਼ਾ ਉੱਥੇ ਸੀ ਐਲ ਯੂ ਦੇਖੋਗੇ ਜਾਂ ਲੇਆਊਟ ਪਲਾਨ ਦੇਖੋਗੇ, ਇੱਥੇ ਥਾਣਾ, ਮੈਂ ਕਹੂੰਗਾ ਤੁਸੀਂ 10 ਕਰੋੜ ਦਾ ਕੀ ਲਾ ਯਾਰ, ਮੇਰਾ 5 ਕਰੋੜ ਦਾ ਹੀ ਲੈ ਲੇ, ਤੁਸੀਂ ਕਹਿੰਦੇ ਥਾਣਾ ਖਰੀਦਣਾ ਮੈਂ? ਕਾਗਜ਼ਾਂ 'ਚ ਤਾਂ ਉੱਥੇ ਸ਼ੋਅ ਹੋਇਆ ਹੋਇਆ ਮਤਲਬ ਅਲੱਗ ਅਲੱਗ ਕਮਿਊਨਿਟੀ ਸੈਂਟਰ ਹੈ, ਸੜਕਾਂ ਹੈ, ਜੋ ਜੋ ਵੀ ਹੈ, ਇਹ ਇਹਨਾਂ ਨੇ ਹੁਣ ਚੈੱਕ ਕਰਿਆ ਹੋਣਾ, ਮੈਨੂੰ ਨਹੀਂ ਪਤਾ, ਆਪਾਂ ਇੱਥੇ ਇਹਨਾਂ ਦੀ ਜ਼ਮੀਨ 'ਚ ਖੜ੍ਹੇ ਹਾਂ, ਜ਼ਰੂਰ ਕਲੀਅਰ ਹੈ ਵੀ ਨਕਸ਼ੇ ਦੇ ਅਕੋਰਡਿੰਗਲੀ ਨੰਬਰ ਵਾਈਜ਼ ਦੱਸਦੇ ਹਾਂ ਇਹ, ਉੱਥੇ ਅਲੱਗ ਅਲੱਗ ਸਾਰੀਆਂ ਤੁਹਾਡੇ ਆਹ ਸਾਰੀਆਂ ਚੀਜ਼ਾਂ ਨੇ, ਸੜਕਾਂ ਨੇ, ਤੁਸੀਂ ਮਤਲਬ ਅਲੱਗ ਅਲੱਗ ਦੇਖੋ, ਕਮਿਊਨਿਟੀ ਸੈਂਟਰ ਨੇ। ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਆਸ ਦੀ ਕਰਨ ਜਾਗੀ ਹੈ? ਹਾਂਜੀ ਬਿਲਕੁਲ, ਆਸ ਜਾਗੀ ਹੈ ਜੀ। ਹੁਣ ਲੱਗਦਾ ਸਾਨੂੰ 5 ਸਾਲ ਹੋ ਗਏ ਜੀ ਧੱਕੇ ਖਾਂਦਿਆਂ ਨੂੰ, ਕਦੇ ਪੁਲਿਸ ਕਿਤੇ ਕਿਤੇ, ਲੇਕਿਨ ਹੁਣ ਕੋਰਟ ਦੇ ਫੈਸਲੇ ਸਹੀ ਖੁਸ਼ ਹਾਂ ਕਿ ਉਮੀਦ ਜਾਗੀ ਹੈ ਕਿ ਹੁਣ ਸਾਡੇ ਜਿਹੜੀ ਅਸੀਂ 5 ਸਾਲ 'ਚ ਮਿਹਨਤ ਕੀਤੀ ਹੈ ਉਹ ਸਾਡੀ ਬੂਰ ਲਿਆ ਰਹੀ ਹੈ ਕੁਛ। ਅੱਛਾ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਪੂਰੇ ਇੰਸੀਡੈਂਸ ਦੇ? ਨੌਜਵਾਨ ਹੋ ਕਿਉਂਕਿ ਆਉਣ ਵਾਲੀ ਪੀੜ੍ਹੀ ਤੁਸੀਂ ਆ, ਦੇਖੋ ਬਜ਼ੁਰਗਾਂ ਨੇ, ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਆ ਜਾਓ।
ਸਰ ਇਹ ਤਾਂ ਸਾਡੇ ਨਾਲ ਜਦੋਂ ਅਸੀਂ ਧੱਕੇਬਾਜ਼ੀ ਕਰੀ ਇਹਨਾਂ ਨੇ, ਸਾਨੂੰ ਕੁਛ ਨਹੀਂ ਤਾਂ ਪਤਾ ਵੀ ਹਾਂ ਕਿਆ ਹੈ, ਸਾਨੂੰ ਹੌਲੀ ਹੌਲੀ ਪਤਾ ਲੱਗਿਆ ਅਸੀਂ ਤਾਂ ਵੈਸੇ ਰੇੜੇ ਲੈ ਕੇ ਆਪਣੇ ਕੋਈ ਬਰਸੀਨ ਕੱਢਣ ਆ ਰਿਹਾ, ਕੋਈ ਆਪਣੇ ਕੰਮ ਦਾ ਟਰੈਕਟਰ ਚਲਾ ਰਹੇ, ਸਾਨੂੰ ਇਹਦੇ ਬਾਰੇ ਕੁਛ ਨੌਲੇਜ ਨਹੀਂ ਸੀ। ਇਹ ਤਾਂ ਹੌਲੀ ਹੌਲੀ ਜਦੋਂ ਪਲਾਟ ਲੈਣੇ ਵਾਲੇ ਜਿਹਨਾਂ ਨੇ ਲਿੱਤੇ ਹੋਏ ਸੀ ਉਹ ਆਪਣੇ ਮੈਪ ਲੈ ਕੇ ਸਾਡੇ ਖੇਤਾਂ 'ਚ ਆਉਣ ਲੱਗੇ, ਤੁਹਾਨੂੰ ਪੁੱਛਣ ਲੱਗੇ ਕਿ ਹਾਂ ਤੁਸੀਂ ਕਰ ਵਿਹਲੀ ਕਰ ਰਹੇ ਇਹਨੂੰ, ਅਸੀਂ ਕਿਹਾ ਵੀ ਵਿਹਲੀ ਕਰਨੀ, ਜ਼ਮੀਨ ਤਾਂ ਸਾਡੀ ਹੈ, ਅਸੀਂ ਕੀ ਵਿਹਲਾ ਕਰਨਾ ਇਹਦਾ। ਕਹਿੰਦੇ ਨਹੀਂ ਨਹੀਂ ਸਾਡਾ ਤਾਂ ਇੱਥੇ ਪਲਾਟ ਹੈ। ਅਤੇ ਸਾਨੂੰ ਫਿਰ ਹੌਲੀ ਹੌਲੀ ਸਰ ਪਤਾ ਲੱਗਿਆ, ਅਤੇ ਫਿਰ ਉਹਦੇ ਬਾਅਦ ਅਸੀਂ ਕਾਰਵਾਈ ਗਏ ਹੌਲੀ ਹੌਲੀ ਕਰਕੇ, ਅਸੀਂ ਅੱਗੇ ਪ੍ਰੋਸੈਸ 'ਚ ਜਾਂਦੇ ਜਾਂਦੇ ਇੱਥੇ ਤੱਕ ਪਹੁੰਚੇ ਹਾਂ। ਤੁਸੀਂ ਤਾਂ ਮੋਤਬਰ ਹੋ ਪਿੰਡ ਦੇ, ਬਹੁਤ ਸਾਰੀਆਂ ਚੀਜ਼ਾਂ ਨੂੰ ਫਾਈਂਡ ਆਊਟ ਹੋ ਹੀ ਜਾਂਦਾ, ਛੋਟਾ ਭਾਈ ਹੈ ਜੀ, ਨਹੀਂ ਫਿਰ ਵੀ ਚਲੋ ਗੱਲਾਂ ਬਾਤਾਂ ਤਾਂ ਹੁੰਦੀਆਂ। ਹਾਂਜੀ ਉਹ ਚਲੋ ਉਹ ਤਾਂ ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ, ਜਿਹੜਾ ਸਮਝ ਸਾਡੇ ਨਾਲ ਧੋਖਾ ਹੋਇਆ ਉਹਦਾ ਇਨਸਾਫ ਚਾਹੀਦਾ, ਹੋਰ ਤਾਂ ਸਮਝ ਵੀ ਕੰਪਨੀਆਂ ਤਾਂ ਜੋ ਕਰਦੀਆਂ ਉਹ ਤਾਂ ਪਤਾ ਹੀ ਹੈ ਵੀ ਹਾਂ ਜ਼ਿਮੀਦਾਰਾਂ ਨੂੰ ਬੰਦੇ ਸਮਝਦੇ ਹੀ ਨਹੀਂ ਇਹ, ਹੈ ਕਿ ਨਾ, ਇਹ ਅਸਲੀ ਸ਼ਬਦ ਕਿ ਜ਼ਿਮੀਦਾਰਾਂ ਨੂੰ ਬੰਦੇ ਸਮਝਿਆ ਹੀ ਨਹੀਂ ਜਾਂਦਾ। ਹਾਂਜੀ ਆਹ ਤਾਂ ਸਮਝ ਵੀ ਚਲੋ ਸਾਨੂੰ ਤਾਂ ਇਨਸਾਫ਼ ਚਾਹੀਦਾ, ਕੋਰਟ ਸਮਝ ਵੀ ਅਸੀਂ ਕਣਕ ਸਿਰ ਮੱਥੇ ਮੰਨੂਗਾ ਤਾਂ ਫੈਸਲਾ ਜੋ ਕੋਰਟ ਸੁਣਾਊਗਾ, ਪਰ ਜਦੋਂ ਇਨਸਾਫ਼ ਵਾਲਾ ਹੀ ਫੈਸਲਾ ਚਾਹੁੰਦੇ ਅਸੀਂ ਤਾਂ। ਬਗੜੀ ਸਾਹਿਬ ਹੁਣ ਲਾਸਟ ਕਮੈਂਟ ਹੈ, ਮਾਨਯੋਗ ਸੁਪਰੀਮ ਕੋਰਟ ਤੋਂ ਕਿਹੜਾ ਆਰਡਰ ਨਵਾਂ ਆਇਆ? ਮਾਨਯੋਗ ਸੁਪਰੀਮ ਕੋਰਟ ਤੋਂ ਤਾਂ ਪਹਿਲਾਂ ਮਤਲਬ FIR ਹੋਣ ਤੋਂ ਬਾਅਦ ਇਹ ਪਟੀਸ਼ਨ 1,00,000 ਰੁਪਇਆ ਮਤਲਬ ਫਾਈਨ ਪਾ ਕੇ ਡਿਸਮਿਸ ਹੋ ਗਈ ਸੀ ਵੀ ਅਲੱਗ ਅਲੱਗ ਪਟੀਸ਼ਨਾਂ ਪਾਓ, ਅਤੇ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਉਮੀਦ ਵੀ ਬਹੁਤ ਸੀ, ਪ੍ਰੈਪਰੇਸ਼ਨ ਵੀ ਬਹੁਤ ਕਰੀ ਹੋਈ ਸੀ ਔਰ ਉਹਨੂੰ ਬੂਰ ਪਿਆ ਕਰੀ ਹੋਈ ਮਿਹਨਤ ਨੂੰ, ਮਤਲਬ 1,000 ਪੇਜਾਂ ਦੀ ਪੇਪਰ ਬੁੱਕ ਸੀ, ਸਾਰੇ ਰੇਰਾ ਪੁੱਡਾ ਗਮਾਡਾ ਦੇ ਜਿੰਨੇ ਐਕਟ ਨੇ ਜਿੰਨੇ ਰੂਲਸ ਨੇ ਸਾਰੇ ਪਰੋਏ ਹੋਏ ਸੀ ਔਰ ਮਾਨਯੋਗ ਸੁਪਰੀਮ ਕੋਰਟ ਨੇ ਉਹ ਸਾਰਾ ਪੜ੍ਹ ਕੇ ਈਵਨ ਦੋ ਕੇ ਦੂਜੀ ਧਿਰ ਦੇ ਵੱਲੋਂ ਬਹੁਤ ਵੱਡੇ ਸੀਨੀਅਰ ਐਡਵੋਕੇਟ ਅਪੋਜ਼ ਕਰ ਰਹੇ ਸੀ, ਮਾਨਯੋਗ ਸੁਪਰੀਮ ਕੋਰਟ ਨੇ ਫਿਰ ਇਹ ਕਰਕੇ ਡਿਟੇਲਡ ਆਰਡਰ ਕਰਕੇ ਸਪੈਸ਼ਲ ਬੈਂਚ ਕੋਲ DB ਕੋਲ ਜਿਹੜਾ ਕੇਸ ਆ ਰੈਫਰ ਕੀਤਾ, ਅਤੇ ਉਸ ਤੋਂ ਬਾਅਦ ਜਿਹੜਾ ਅੱਗੇ ਕੋਰਟ ਨੇ ਹੁਣ ਆਰਡਰ ਕੀਤਾ ਹੋਇਆ, ਇਹਦੇ ਵਿੱਚ ਪੰਜਾਬ ਪੁਲਿਸ ਦਾ ਸਾਡਾ ਮੰਗ ਆ ਵੀ CBI ਨੂੰ ਦਿੱਤੀ ਜਾਵੇ ਔਰ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਉਹ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਉਹ 'ਚ ਵੀ ਨੋਟਿਸ ਹੋ ਗਿਆ, ਅਤੇ ਜਿਹੜਾ ਲਿਫਟਿੰਗ ਆਫ ਕਾਰਪੋਰੇਟ ਬੇਲ ਹੈ ਉਹ ਵਾਲੀ ਐਪਲੀਕੇਸ਼ਨ ਦੇ ਵਿੱਚ ਵੀ ਜਿਹੜਾ ਉਹ ਨੋਟਿਸ ਹੋ ਚੁੱਕਿਆ ਐਂਡ ਲੈਟਸ ਹੋਪ ਫਾਰ ਦੀ ਬੈਸਟ। ਔਰ ਤੁਸੀਂ ਦੇਖ ਸਕਦੇ ਹੋ ਕਿ ਭੋਲੇ ਭਾਲੇ ਜਿਹੜੇ ਇਹ ਦਿਖਾ ਦਿੰਦੇ ਆ, ਇਹ ਦਿਖਾਓ ਤਸਵੀਰਾਂ ਦਿਖਾਓ ਬਈ ਕਿ ਭੋਲੇ ਭਾਲੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਕਿਵੇਂ ਜਿਹੜਾ ਉਹ ਧੋਖਾਧੜੀ ਕੀਤੀ ਜਾਂਦੀ ਹੈ, ਇਹ ਮੂੰਹ ਬੋਲ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਇੱਥੋਂ ਤੱਕ ਹੈ। ਕਹਿੰਦੇ ਕਿਸਾਨਾਂ ਨੂੰ ਜ਼ਿਮੀਦਾਰਾਂ ਨੂੰ ਕੀ ਕਹਿਣਾ ਚਾਹੁੰਦੇ? ਸਾਰੀ ਕੀ ਹੋਰ ਕਹਿਣਾ ਚਾਹੁੰਦੇ ਹਾਂ ਜੀ, 10 ਤਰੀਕ ਨੂੰ ਮਾਨਯੋਗ ਜੱਜ ਸਾਹਿਬ ਨੇ ਲਾਇਸੈਂਸ ਰੱਦ ਕਰਤਾ ਗਵੰਡਾ ਵਾਲਾ, ਲੇਕਿਨ ਫਿਰ ਵੀ ਦੇਖੋ ਵਰਕਰ ਚੱਲ ਰਿਹਾ ਜੀ, ਫਿਰ ਵੀ ਕੰਮ ਕਰ ਰਹੇ। ਦੇਖੋ ਇੰਨੇ ਬੇਧੜਕ ਬਿਲਡਰ ਨੇ ਜਿਹੜੇ ਕਿ ਲਾਇਸੈਂਸ ਰੱਦ ਹੋਣ ਦੇ ਬਾਵਜੂਦ ਵੀ ਆਪਣੀ ਬਿਲਡਿੰਗ ਛੱਤ ਰਹੇ ਔਰ ਲੇਬਰ ਲੱਗੀ ਦੇਖੋ ਸਾਹਮਣੇ ਲੱਗੀ, ਲੇਕਿਨ ਦਫ਼ਤਰ ਖੁੱਲ੍ਹਾ ਜੀ ਦੇਖੋ ਸਾਹਮਣੇ ਗੱਡੀਆਂ ਦਿਖ ਰਹੀਆਂ, ਦਫ਼ਤਰ ਖੁੱਲ੍ਹਾ ਇਹਨਾਂ ਦਾ, ਲੇਕਿਨ ਇਹਨਾਂ ਨੂੰ ਲਾਇਸੈਂਸ ਕੈਂਸਲ ਹੋਣ ਦਾ ਕੋਈ ਪਰਵਾਹ ਨਹੀਂ ਕਿ ਸਾਡਾ ਲਾਇਸੈਂਸ ਹੋਇਆ ਕਿ ਅਸੀਂ ਤਾਂ ਬਿਲਡਿੰਗਾਂ ਛੱਤ ਜਾਣੀ ਹੈ ਜੀ, ਲਾਇਸੈਂਸ ਰੱਦ ਹੋਵੇ ਜਾਂ ਨਾ। ਜ਼ਿਮੀਦਾਰ ਨੂੰ ਬੰਦੇ ਨੂੰ ਬੰਦਾ ਨਾ ਜੀ, ਨਾ ਬਿਲਕੁਲ ਇਨਸਾਨ ਸਮਝਦੇ ਨਹੀਂ ਜੀ, ਸਾਨੂੰ ਤਾਂ ਕਹਿੰਦੇ ਜੀ ਅਸੀਂ ਇਹਨਾਂ ਨੂੰ ਪੁੱਛਿਆ ਤੁਸੀਂ ਕਾਹਤੇ ਕਰਿਆ ਸਾਡੇ ਨਾਲ, ਕਹਿੰਦੇ ਅਸੀਂ ਆਪਣੇ ਬੱਚੇ ਪਾਲਣੇ ਸੀ, ਬੱਚਿਆਂ ਵਾਸਤੇ ਕਰਿਆ। ਮੈਂ ਕਿਹਾ ਜੀ ਸਾਡੇ ਬੱਚਿਆਂ ਨੂੰ ਜ਼ਹਿਰ ਦੇ ਦਿਓ, ਫਿਰ ਇਹੀ ਹੋ ਸਕਦਾ ਅਗਰ ਤੁਸੀਂ ਆਪਣੇ ਬੱਚੇ ਪਾਲਣੇ ਸਾਡਿਆਂ ਨੂੰ ਜ਼ਹਿਰ ਦੇ ਦਿਓ। ਤਾਂ ਬਿਲਕੁਲ ਪਾਵਰ ਦਾ ਦੁਰਉਪਯੋਗ ਕਿਵੇਂ ਹੁੰਦਾ ਹੈ ਇਹ ਤੁਸੀਂ ਇੱਥੇ ਦੇਖਿਆ, ਭੋਲੇ ਭਾਲੇ ਕਿਸਾਨਾਂ ਨੂੰ, ਭੋਲੇ ਭਾਲੇ ਪੇਂਡੂ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਕਿ CLU ਕੀ ਹੁੰਦਾ, ਕਿੱਥੋਂ ਨਕਸ਼ੇ ਪਾਸ ਹੁੰਦੇ ਨੇ, ਸਿਰਫ ਐਂ ਪਤਾ ਕਿ ਸਾਡੀ ਜ਼ਮੀਨ ਇੰਨੇ ਕਰਮਾਂ ਇਸ ਸਾਈਡ ਨੂੰ ਆ, ਇੰਨੀ ਕਰਮਾਂ ਇਸ ਸਾਈਡ ਨੂੰ ਆ, ਆਹ ਖੁੰਜਾ ਮੇਰਾ ਫਿਰਮੀ ਨੂੰ ਲੱਗਦਾ, ਉਹ ਖੁੰਜਾ ਉਸ ਸਾਈਡ ਲੱਗਦਾ। ਬਿਲਕੁਲ ਇਹਨਾਂ ਚੀਜ਼ਾਂ 'ਤੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਨਿਰਭਰ ਹੁੰਦੇ ਨੇ, ਪਰ ਬਾਹਰੋਂ ਪੜ੍ਹੇ ਲਿਖੇ ਲੋਕ ਆਉਂਦੇ ਨੇ ਤਾਂ ਵੱਡੇ ਪੱਧਰ 'ਤੇ ਇਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਲੁੱਟ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਹੁਣ ਇਸ ਵੇਲੇ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਗਈ ਹੈ,
ਵੱਡਾ ਐਕਸ਼ਨ ਹੋਇਆ ਕਾਗਜ਼ਾਂ ਦੇ ਤਹਿਤ, ਤੁਹਾਨੂੰ ਹਰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰ੍ਹਾਂ ਇਸ ਵੱਡੀ ਕੰਪਨੀ 'ਤੇ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ। ਪਰ ਬਹੁਤ ਵੱਡਾ ਸਵਾਲ ਹੈ ਕੁਰਸੀ 'ਤੇ ਬੈਠੇ ਬਾਬੂਆਂ 'ਤੇ ਕਿ ਏ ਸੀ ਕਮਰਿਆਂ ਦੇ ਵਿੱਚ ਬੈਠੇ ਜਦੋਂ 100 ਖਾਨੇ ਆ ਕਿਸੇ ਪਦ ਨੂੰ ਗ੍ਰਹਿਣ ਕਰਨ ਦੀ, ਤਾਂ ਕਿ ਅਸੀਂ ਉਸ 'ਤੇ ਖਰੇ ਉਤਰਦੇ ਹਾਂ? ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜ੍ਹਾ ਹੋ ਜਾਂਦਾ ਕਿ ਤੁਸੀਂ ਸਹੀ ਇਨਸਾਫ ਆਪਣੇ ਪਦ ਨੂੰ ਦੇ ਪਾ ਰਹੇ ਹਾਂ ਇਹਨਾਂ ਲੋਕਾਂ ਦੇ ਨਾਲ? ਇਹ ਖੇਤਾਂ ਦੇ ਰਾਜੇ ਲੋਕ ਨੇ ਕਿ ਇਹਨਾਂ ਨੂੰ ਇਨਸਾਫ ਦਵਾਇਆ? ਤਾਂ ਹੁਣ ਲੋੜ ਹੈ ਸਹੀ ਕਾਰਵਾਈ ਕਰਨ ਦੀ, ਤਾਂ ਕਿ ਇਹ ਲੋਕ ਦਰ ਦਰ ਦੀਆਂ ਠੋਕਰਾਂ ਨਾ ਖਾਣ। ਕੈਮਰਾ ਪਰਸਨ ਰੌਸ਼ਨ ਨਾ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।